हाँ जी सर, जी प्रेस कॉन्फ्रेंस की अज जो बंदे फड़े बारे दसो कहना। हाँ जी हाँ जी, ये साढ़े मानयोग एस एस पी श्री नानक सिंह जी, आई पी एस 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 पी साहब गुरदासपुर के दिशा निर्देशों के उत्ते एक जी 27/2/22 जिहड़ा मदई वारस मसीह जिहड़ा पिंड नक्की आ थाणा तारानागढ़, उन्हें दस्या सी वी मैं घरोटा मोड़ ते अपनी सेंटरों कार जा रहा सी ते अणपछाते बंदिया ने उहदी जिहड़ी आ मतलब कार जिहड़ी आ उत्थों खोह ली सी, ते जिहदे संबंध दे विच जिहड़ा वा एस एस पी साहब दे दिशा निर्देशों के उत्ते एस एच ओ साहब ते होर एस आई जगदीश सिंह ते आई ओ जिहड़े इहनां दी टीम बनाई गई सी, जिन्हां ने जिहड़ी बड़ी डंगियाई ना इहदी जिहड़ी इन्वेस्टिगेशन करके ਤੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਇੱਕ ਦੋਸ਼ੀ ਜਿਹੜਾ ਜੋਗਾ ਸਿੰਘ ਉਰਫ ਜੋਗਰਾ ਸਿੰਘ ਭੰਗਾਲੀ ਕਲਾਂ ਦਾ, ਸਾਜਨ ਉਰਫ ਬੰਟੀ ਜੱਜੇਆਣੀ ਦਾ, ਤੇ ਇਹਦੇ ਨਾਲ ਹੀ ਜਿਹੜੇ ਆ ਕਬਾੜੀਆ ਰਜਿੰਦਰ ਕੁਮਾਰ ਉਰਫ ਕਾਕਾ ਤੇ ਇੱਕ ਸੇਵਾ ਸਿੰਘ ਜਿਹੜਾ ਵਾ ਚੌਹਾਂ ਨੂੰ ਗ੍ਰਿਫਤਾਰ ਕੀਤਾ ਵਾ। ਜਿਹੜਾ ਜੋਗਾ ਸਿੰਘ ਤੇ ਸਾਜਨ ਆ ਇਹਨਾਂ ਮੰਨਿਆ ਵੀ ਇਹਨਾਂ ਨੇ ਹੋਰ ਵੀ ਜਿਹੜੇ ਆ ਕਈ ਥਾਵਾਂ ਦੇ ਉੱਤੋਂ ਮੋਟਰਸਾਈਕਲ ਜਿਹੜੇ ਚੋਰੀ ਵੱਖ ਵੱਖ ਥਾਵਾਂ ਤੋਂ ਕੀਤੇ ਸੀ, ਜਿਹਦੇ ਸੰਬੰਧ ਦੇ ਵਿੱਚ ਜਿਹੜੇ 3 ਮੋਟਰਸਾਈਕਲ ਇਹਨਾਂ ਦੇ ਕੋਲੋਂ ਹੋਰ ਚੋਰੀ ਦੇ ਬਰਾਮਦ ਕੀਤੇ ਗਏ ਆ, ਅਤੇ ਜਿਹੜੀ ਇਹਨਾਂ ਨੇ ਘਰੋਟਾ ਮੋੜ ਦੇ ਉੱਤੋਂ ਵਾਰਸ ਮਸੀਹ ਦੀ ਜਿਹੜੀ ਕਾਰ ਖੋਹੀ ਸੀ, ਇਹਨਾਂ ਨੇ ਗਾਂ ਜਿਹੜੇ ਕਬਾੜੀਆ ਰਜਿੰਦਰ ਕੁਮਾਰ ਅਤੇ ਸੇਵਾ ਇਹਨਾਂ ਨੂੰ ਜਿਹੜਾ ਕਾਦੀਆਂ ਨੇ ਦੁਕਾਨ ਆ ਉੱਥੇ ਇਹਨਾਂ ਨੇ 40,000 ਰੁਪਈਏ ਦੇ ਵਿੱਚ ਵੇਚ ਦਿੱਤੀ ਸੀ, ਜਿਹਨਾਂ ਨੇ ਅੱਗੇ ਜਿਹੜੀ ਕਾਰ ਦੇ ਜਿਹੜੇ ਆ ਸਪੇਅਰ ਪਾਰਟ ਕੱਟ ਵੱਢ ਕੇ ਅਤੇ ਅੱਗੇ ਵੇਚ ਦਿੱਤੇ ਸੀਗੇ। ਜਿਹੜਾ ਉਹਨਾਂ ਕੋਲੋਂ ਜਿਹੜਾ ਇਹ 40,000 ਰੁਪਈਆ ਵੀ ਜਿੰਨਾ ਖੋਹ ਕੀਤੀ ਆ ਉਹਨਾਂ ਕੋਲੋਂ ਜਿਹੜਾ ਇਹਨਾਂ ਵੱਟਿਆ ਸੀਗਾ ਉਹ ਪੁਲਿਸ ਨੇ ਜਿਹੜਾ ਪੂਰਾ 40,000 ਰੁਪਈਆ ਵੀ ਬਰਾਮਦ ਕਰ ਲਿਆ, ਅਤੇ ਜਿਹੜੇ ਸਪੇਅਰ ਪਾਰਟ ਉੱਥੋਂ ਮਿਲੇ ਆ ਬੰਪਰ ਵਗੈਰਾ ਕਾਰ ਦਾ ਖੋਹੀ ਹੋਈ ਦਾ ਉਹ ਵੀ ਉੱਥੋਂ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਆ। ਅਤੇ ਇਸ ਦੇ ਸੰਬੰਧ ਦੇ ਵਿੱਚ ਜਿਹੜਾ ਵਾ ਨਾ ਹੋਰ ਵੀ ਇਹਨਾਂ ਕੋਲੋਂ ਚੋਰੀਆਂ ਜਿਹੜੀਆਂ ਵਾ ਹੋਰ ਟਰੇਸ ਹੋਣ ਦਾ ਜਿਹੜੇ ਆ ਪੂਰੇ ਚਾਂਸ ਹੈਗੇ। ਪਹਿਲਾਂ ਵੀ ਮੁਕਦਮਾ ਹੈਗਾ ਕੋਈ ਇਹਨਾਂ ਦੇ ਕੋਈ? ਹਾਂਜੀ, ਪਹਿਲਾਂ ਵੀ ਜਿਹੜਾ ਹੈਗਾ ਆਪਣਾ ਸਾਜਨ ਸਿੰਘ ਉਰਫ ਬੰਟੀ ਆ ਇੱਥੇ ਪਹਿਲਾਂ ਵੀ ਚੋਰੀ ਦੇ ਮੁਕਦਮੇ ਦਰਜ ਆ। ਸਰ ਪਹਿਲਾਂ ਜਿਹੜੀ ਵਾਰਦਾਤ ਦਿਨਾਂ ਦੇ ਵਿੱਚ ਨਹੀਂ ਆ ਉਹਨਾਂ ਦੀ ਕੋਈ ਟਰੇਸ ਹੋਈ? ਹਾਂਜੀ, ਉਹਨਾਂ ਦੇ ਵੀ ਅਸੀਂ ਬਿਲਕੁਲ ਡਿਗਿਆਈ ਨਾ ਉਹਦੀ ਜਿਹੜੀ ਆ ਤਫਤੀਸ਼ ਕਰ ਰਹੇ ਹਾਂ, ਉਹ ਵੀ ਅਸੀਂ ਬਿਲਕੁਲ ਨੇੜੇ ਪਹੁੰਚ ਗਏ ਤਾਂ ਜਲਦੀ ਤੋਂ ਜਲਦੀ ਜਿਹੜਾ ਉਹ ਟਰੇਸ ਕਰ ਲਿਆ ਜਾਏਗਾ। ਕਿੰਨੇ ਆਰੋਪੀ ਗ੍ਰਿਫਤਾਰ ਕੀਤੇ ਗਏ?